ठीक है आपकी बात, हम तो जाएं यार, बट दिस इज वेरी बैड कुबीर गांधी। बस तक आ जाओ, बस तक आओ, बस में बैठ जाना। पर देख सरकारी गाड़ी, अपनी वाली अपनी गाड़ी लगा दो, अपनी वाली अपनी गाड़ी लगा दो। ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਕਰਨ 'ਚ ਜੁਟੀਆਂ ਹੋਈਆਂ ਨੇ ਤੇ ਧੜੱਲੇ ਨਾਲ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵੀ ਚੋਣ ਪ੍ਰਚਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ। ਪਰ ਇਹਨਾਂ ਚੋਣਾਂ 'ਚ ਕੈਪਟਨ ਅਤੇ ਉਹਨਾਂ ਦੇ ਮੰਤਰੀ ਕਾਫੀ ਸੁਰਖੀਆਂ 'ਚ ਚੱਲ ਰਹੇ ਨੇ। ਬੀਤੇ ਦਿਨੀ ਰੈਲੀ ਦੌਰਾਨ ਕੈਪਟਨ ਦੀ ਪੱਗ ਉਤਰ ਗਈ ਸੀ ਤੇ ਹੁਣ ਕਾਂਗਰਸ ਦੇ ਸੁਰੱਖਿਆ ਕਰਮੀਆਂ ਵੱਲੋਂ ਸੂਬਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਗਿੱਦੜ ਬਹਾਦਰ ਵਿਧਾਇਕ ਰਾਜਾ ਵੜਿੰਗ ਨੂੰ ਗੱਡੀ 'ਚ ਚੜ੍ਹਨ ਤੋਂ ਰੋਕਦੇ ਨਜ਼ਰ ਆ ਰਹੇ ਨੇ, ਜਿਸ ਨੂੰ ਲੈ ਕੇ ਉੱਥੇ ਕਾਫੀ ਤੂ ਤੂ ਮੈਂ ਮੈਂ ਹੋਈ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ठीक है आपकी बात, हम तो जाएं यार, बट दिस इज वेरी बैड कुबीर गांधी। बस तक आ जाओ, बस तक आओ, बस में बैठ जाना। पर देख सरकारी गाड़ी, अपनी वाली अपनी गाड़ी लगा दो, अपनी गाड़ी लगाओ ना। आप जरा बोलेंगे, मैं बता रहा हूँ। ਇੰਨਾ ਹੀ ਨਹੀਂ, ਰਾਜਾ ਵੜਿੰਗ ਨਾਲ ਤਾਂ ਉਦੋਂ ਜੱਗੋ ਤੇਰਵੀਂ ਹੋ ਗਈ ਜਦੋਂ ਗੱਡੀ 'ਚ ਉਤਰ ਕੇ ਬੱਸ 'ਚ ਚੜ ਗਏ ਤਾਂ ਸੁਰੱਖਿਆ ਕਰਮੀਆਂ ਨੇ ਰਾਜਾ ਵੜਿੰਗ ਨੂੰ ਬੱਸ 'ਚੋਂ ਵੀ ਉਤਾਰ ਦਿੱਤਾ। ਦੱਸ ਦਈਏ ਕਿ 21 ਅਕਤੂਬਰ ਨੂੰ ਚਾਰ ਹਲਕਿਆਂ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਜਲਾਲਾਬਾਦ, ਮੁਕੇਰੀਆ, ਫਗਵਾੜਾ ਤੇ ਦਾਖਾਂ 'ਚ, ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਕਰਨ ਲਈ ਤਰਲੋ ਮੱਛੀ ਹੋਈਆਂ ਪਈਆਂ ਨੇ ਤੇ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਹੋਣ ਦਾ ਦਾਅਵਾ ਠੋਕਿਆ ਜਾ ਰਿਹਾ। ਪਰ ਲੋਕ ਕਿਸ ਪਾਰਟੀ ਦੇ ਉਮੀਦਵਾਰ ਤੇ ਸਿਰ ਤੇ ਜਿੱਤ ਦਾ ਤਾਜ ਸਜਾਉਣਗੇ, ਇਹ ਤਾਂ ਚੋਣ ਨਤੀਜੇ ਤੋਂ ਬਾਅਦ ਹੀ ਸਾਹਮਣੇ ਆਵੇਗਾ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।